नगर निगम चौंत 2017। कौन बनूगा तुहाडी पसंद, वार्ड भी जान। ਨਗਰ ਨਿਗਮ ਦੇ ਚੁਣਾਵ ਜਿਵੇਂ ਜਿਵੇਂ ਨਜ਼ਦੀਕ ਆ ਰਹੇ ਨੇ, ਹਰ ਪਾਰਟੀ ਦਾ ਜਿਹੜਾ ਹੈ ਉਮੀਦਵਾਰ ਹੈ ਉਹ ਪ੍ਰਚਾਰ ਨੂੰ ਲੈ ਕੇ ਜਿਹੜਾ ਹੈ ਉਹ ਘਰ ਘਰ ਲੋਕਾਂ ਨੂੰ ਜਾ ਕੇ ਅਪੀਲ ਕਰ ਰਿਹਾ ਵੋਟਾਂ ਨੂੰ। ਅਤੇ ਮੈਂ ਜਿਵੇਂ ਕਿ ਸਾਡੇ ਪ੍ਰੋਗਰਾਮ ਵਾਰਡ ਦੀ ਜੰਗ ਪ੍ਰੋਗਰਾਮ ਦੇ ਵਿੱਚ ਅਸੀਂ ਹਰ ਕੈਂਡੀਡੇਟ ਨੂੰ ਤੁਹਾਡੇ ਰੂਬਰੂ ਕਰਾਉਂਦੇ ਹਾਂ, ਇਸ ਵਾਰੀ ਅਸੀਂ ਜਿਸ ਕੈਂਡੀਡੇਟ ਨੂੰ ਰੂਬਰੂ ਕਰਾਉਣ ਜਾ ਰਹੇ ਹਾਂ, ਪੜ੍ਹੇ ਲਿਖੇ ਉਮੀਦਵਾਰ ਨੇ ਬੀਜੇਪੀ ਤੋਂ ਵਾਰਡ ਨੰਬਰ 54 ਤੋਂ, ਮਿਸਟਰ ਅਸ਼ੋਕ ਮਨਚੰਦਾ ਜੀ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੇ ਜਿਹੜਾ ਆਪਣਾ ਰਾਜਨੀਤਿਕ ਸਫ਼ਰ ਕਿੱਥੋਂ ਸ਼ੁਰੂ ਕੀਤਾ ਸੀਗਾ, ਅਤੇ ਉਹਨਾਂ ਨੇ ਜਿਹੜਾ ਇਸ ਰਾਜਨੀਤੀ 'ਤੇ ਆਉਣ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਸਾਰਾ ਸੀਗਾ ਕੀ ਪਲਾਨ ਸੀਗਾ, ਕਿਉਂ ਉਹਨਾਂ ਨੇ ਰਾਜਨੀਤੀ ਹੀ ਜੁਆਇਨ ਕੀਤੀ, ਉਹਨਾਂ ਦੀ ਫੈਮਿਲੀ ਦੇ ਬਾਰੇ ਵੀ ਪੂਰੀ ਜਾਣਕਾਰੀ ਕਰਾਂਗੇ। ਅਤੇ ਇਸ ਤੋਂ ਇਲਾਵਾ ਜਿਹੜਾ ਮੋਸਟ ਇੰਪੋਰਟੈਂਟ ਸਵਾਲ ਹੋਣਗੇ ਉਹ ਹੋਣਗੇ ਕਿ ਵਾਰਡ ਨੂੰ ਲੈ ਕੇ ਉਹ ਕਿੰਨਾ ਕੁ ਜਿਹੜੇ ਸੁਚੇਤ ਨੇ, ਉਹ ਵਾਰਡ ਦੇ ਵਿੱਚ ਉਹਨਾਂ ਨੇ ਅਗਰ ਉਹ ਜਿੱਤਦੇ ਨੇ ਤਾਂ ਉਹ ਕਿਹੜੀ ਕਿਹੜੀ ਪਲੈਨਿੰਗ ਕਰਕੇ ਬੈਠੇ ਨੇ ਕਿ ਉਹ ਵਾਰਡ ਦੇ ਵਿੱਚ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਉਹ ਦੂਰ ਕਰਨਗੇ। ਸਵਾਗਤ ਕਰਦੇ ਹਾਂ ਜੀ ਤੁਹਾਡਾ ਖਬਰ ਹਰਪਲ ਇੰਡੀਆ ਚੈਨਲ ਦੇ ਵਿੱਚ। ਅਤੇ ਪਹਿਲਾ ਹੀ ਸਵਾਲ ਤੁਹਾਡੇ ਲਈ ਇਹ ਹੈ ਕਿ ਤੁਸੀਂ ਰਾਜਨੀਤੀ ਨੂੰ ਕਿਉਂ ਚੁਣਿਆ? ਜੀ, ਸ਼ੁਰੂ ਤੋਂ ਹੀ ਮੈਨੂੰ ਲੋਕਾਂ ਦੀ ਸੇਵਾ ਕਰਨ ਦਾ ਸ਼ੌਂਕ ਸੀਗਾ। ਮੈਂ ਲਗਭਗ 30 ਸਾਲਾਂ ਤੋਂ ਬਿਨਾਂ ਕਿਸੇ ਲਾਲਚ ਦੇ, ਬਿਨਾਂ ਕਿਸੇ ਮੋਹ ਦੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹਾਂ, ਅਤੇ ਸੇਵਾ ਮੈਂ ਕਰਦਾ ਹੀ ਰਹਾਂਗਾ। ਇੱਥੇ ਹੀ ਕਰਕੇ ਮੈਂ ਅੱਜ ਇਸ ਮੁਕਾਮ 'ਤੇ ਪਹੁੰਚਿਆ ਲੋਕਾਂ ਦੀਆਂ ਦੁਆਵਾਂ ਦੇ ਨਾਲ, ਕਿਉਂਕਿ ਲੋਕ ਚਾਹੁੰਦੇ ਸੀ ਕਿ ਕੋਈ ਇਹੋ ਜਿਹਾ ਨੇਤਾ ਆਵੇ ਕਿ ਜਿਹੜਾ ਸਾਡੀ ਸੇਵਾ ਕਰੇ ਔਰ ਸਾਡੇ ਹਰ ਦੁੱਖ ਸੁੱਖ 'ਚ ਸ਼ਰੀਕ ਹੋਵੇ। ਔਰ ਮੈਂ ਲਗਭਗ ਹਰ ਦੁੱਖ ਸੁੱਖ ਵਿੱਚ, ਦਿਨ ਹੋਵੇ ਜਾਂ ਰਾਤ ਹੋਵੇ, ਮੈਂ ਲੋਕਾਂ ਦੀ ਸੇਵਾ 'ਚ ਹਾਜ਼ਰ ਰਿਹਾ ਜੀ। ਤੁਹਾਡੇ ਤੋਂ ਪਹਿਲੇ ਵੀ ਤੁਹਾਡੇ ਪਰਿਵਾਰਕ ਮੈਂਬਰ ਕੋਈ ਰਾਜਨੀਤੀ ਦੇ ਵਿੱਚ ਮੌਜੂਦ ਸੀ? ਨਹੀਂ ਜੀ, ਸਿਰਫ ਅਸੀਂ ਇੱਕ ਬੜਾ ਸਾਦਾ ਜਿਹਾ ਸਾਡਾ ਪਰਿਵਾਰ ਹੈ ਔਰ ਸਾਰੇ ਮਿਹਨਤੀ ਨੇ, ਔਰ ਮੈਂ ਵੀ ਇੱਕ ਆਪ ਵੀ ਮਿਹਨਤ ਕਰਦਾ ਹਾਂ ਔਰ ਮਜ਼ਦੂਰ ਆਦਮੀ ਹਾਂ। ਮੈਂ ਕੋਈ ਇੱਡਾ ਤਕੜਾ ਲੀਡਰ ਨਹੀਂ ਹਾਂ, ਮੈਂ ਇੱਕ ਕੋਈ ਸ਼ਾਹੂਕਾਰ ਨਹੀਂ ਹਾਂ, ਮੈਂ ਆਪ ਮਜ਼ਦੂਰੀ ਕਰਦਾ ਵਾਂ। ਲੇਕਿਨ ਮੇਰੇ ਵਿੱਚ ਜੋ ਸੇਵਾ ਦਾ ਜਜ਼ਬਾ ਹੈ ਉਹ ਮਹਾਰਾਜ ਨੇ ਮੈਨੂੰ ਕੁੱਟ ਕੁੱਟ ਕੇ ਭਰਿਆ ਵਾ, ਔਰ ਉਹ ਸੇਵਾ ਦੇ ਸਦਕੇ ਹੀ ਅੱਜ ਮੈਨੂੰ ਲੋਕਾਂ ਨੇ ਇੱਥੋਂ ਤੀਕਰ ਪਹੁੰਚਾਇਆ ਜੀ। ਜੀ, ਵਾਰਡ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਤੁਸੀਂ ਪਹਿਲੇ ਇਲੈਕਸ਼ਨ ਤੋਂ ਪਹਿਲੇ ਅਗਰ ਨੋਟ ਕਰ ਲੈਂਦਾ ਉਮੀਦਵਾਰ ਕਿ ਇਹ ਜਿਹੜੀਆਂ ਮੁਸ਼ਕਲਾਂ ਨੇ, ਇਹ ਕਮੀਆਂ ਨੇ, ਉਹਨਾਂ ਨੂੰ ਦੂਰ ਵੀ ਕਰਨ ਦੀ ਪਲੈਨਿੰਗ ਕੀਤੀ ਹੁੰਦੀ ਹੈ ਆਪਾਂ, ਕਿਹੜੀਆਂ ਕਿਹੜੀਆਂ ਮੇਨ ਜਿਹੜੀਆਂ ਮੁਸ਼ਕਲਾਂ ਨੇ ਤੁਹਾਡੀ ਵਾਰਡ ਦੇ ਵਿੱਚ ਮੌਜੂਦ ਨੇ ਇਸ ਵੇਲੇ? ਉਹ ਜੀ, ਮੇਰੇ ਵਾਸਤੇ ਕੋਈ ਇਹ ਨਵਾਂ ਕੰਮ ਨਹੀਂ ਹੈਗਾ। ਮੈਂ ਤਾਂ ਲਗਭਗ ਸ਼ੁਰੂ ਤੋਂ ਹੀ ਵਾਰਡ ਦੀ ਸਮੱਸਿਆ ਹੀ ਹੱਲ ਕਰਦਾ ਆ ਰਿਹਾ, ਜਿਵੇਂ ਵਾਰਡ ਦੇ ਸਮੇਂ ਮੇਨ ਸਮੱਸਿਆ ਹੁੰਦੀਆਂ ਸੀਵਰੇਜ, ਟਿਊਬਲਾਈਟ, ਸਟਰੀਟ ਲਾਈਟ ਵਗੈਰਾ, ਔਰ ਲੋਕਾਂ ਦੀਆਂ ਬੁਢਾਪਾ ਪੈਨਸ਼ਨਾਂ ਔਰ ਵਿਧਵਾ ਪੈਨਸ਼ਨਾਂ, ਇਹ ਮੈਂ ਸ਼ੁਰੂ ਤੋਂ ਹੀ ਲਗਵਾਉਂਦਾ ਆ ਰਿਹਾ ਹਾਂ। ਜਦਕਿ ਮੇਰੇ ਹੱਥ 'ਚ ਕੋਈ ਤਾਕਤ ਨਹੀਂ, ਮੈਂ ਫਿਰ ਵੀ ਆਪਣਾ ਟਾਈਮ ਭੰਨ ਕੇ ਹਜ਼ਾਰਾਂ ਪੈਨਸ਼ਨਾਂ ਲਵਾਈਆਂ ਨੇ, ਔਰ ਹਰ ਵੇਲੇ ਮਹੱਲੇ ਦੀ ਸੇਵਾ ਵਿੱਚ। ਸੀਵਰੇਜ ਕਿਸੇ ਦਾ ਬੰਦ ਹੋਵੇ ਔਰ ਮੈਂ ਆਪਣੇ ਆਪ ਹੀ ਉਹ, ਮੈਨੂੰ ਕੋਈ ਕਵੇ ਤਾਂ ਮੈਂ ਖਲਵਾ ਦਿੰਦਾ ਹਾਂ ਜੀ। ਇਹ ਵਾਰਡ ਪਹਿਲੇ ਅਕਾਲੀ ਦਲ ਦੇ ਕੋਲ ਸੀ, ਹੁਣ ਬੀਜੇਪੀ ਦੇ ਕੋਲ ਆ ਗਈ ਆ। ਕਿਸ ਜਿਹੜਾ ਕੈਂਡੀਡੇਟ ਨੂੰ ਕਾਂਗਰਸ ਦੇ ਜਾਂ ਆਮ ਆਦਮੀ ਪਾਰਟੀ ਜਾਂ ਜਿਹੜੇ ਵੀ ਤੁਹਾਡੇ ਵਿਰੋਧੀ ਆ, ਕਿਸ ਨੂੰ ਜਿਹੜਾ ਮੁੱਖ ਤੁਸੀਂ ਆਪਣਾ ਵਿਰੋਧੀ ਮੰਨਦੇ ਹੋ? ਦੇਖੋ ਜੀ, ਮੇਰੇ ਸਾਰੇ ਭਰਾ ਨੇ, ਇਹ ਇੱਕ ਇਲੈਕਸ਼ਨ ਆ, ਇਲੈਕਸ਼ਨ ਲੜਨਾ ਹੱਕ ਦਾ ਹੱਕ ਹੁੰਦਾ ਹੈ। ਮੈਂ ਕਿਸੇ ਨੂੰ ਆਪਣਾ ਵਿਰੋਧੀ ਨਹੀਂ ਮੰਨਦਾ, ਮੇਰੇ ਸਾਰੇ ਭਰਾ ਨੇ, ਔਰ ਇਲੈਕਸ਼ਨ ਹੈ, ਇੱਕ ਇਲੈਕਸ਼ਨ ਲੜਨਾ ਹੱਕ ਦਾ ਹੱਕ ਹੈ, ਔਰ ਮੈਂ ਲੜ ਰਿਹਾ ਵਾਂ, ਕਿਸੇ ਨੂੰ ਮੈਂ ਵਿਰੋਧ 'ਚ ਨਹੀਂ ਪਾ ਰਿਹਾ ਜੀ। ਕਿਸ ਤਰ੍ਹਾਂ ਦਾ ਰਿਸਪੋਂਸ ਪਬਲਿਕ ਵੱਲੋਂ ਤੁਹਾਨੂੰ ਇਸ ਵਾਰਡ ਦੇ ਵਿੱਚੋਂ ਮਿਲ ਰਿਹਾ ਇਸ ਵੇਲੇ?
ਮੈਨੂੰ ਬਹੁਤ ਵਧੀਆ ਰਿਸਪੋਂਸ ਮਿਲਿਆ ਜੀ। ਹਰ ਇੱਕ ਦੇ ਮੂੰਹ 'ਤੇ ਇਸ ਵੇਲੇ ਰੌਣਕ ਹੈ, ਚਾਹ ਆ ਕਿ ਉਹਨਾਂ ਨੂੰ ਇੱਕ ਸੂਝਵਾਨ ਔਰ ਮਿਹਨਤੀ ਆਪਣਾ ਕੈਂਡੀਡੇਟ ਮਿਲਿਆ ਵਾ। ਔਰ ਲਗਭਗ ਪਿਛਲੇ 30 ਸਾਲਾਂ ਤੋਂ ਵੀ ਮੈਂ ਸੇਵਾ ਕੀਤੀ ਹੈ ਔਰ ਇਸੇ ਕਰਕੇ ਹੀ ਉਹਨਾਂ ਨੇ ਲੋਕਾਂ ਨੂੰ ਦਿਲ ਦੇ ਵਿੱਚ ਬਹੁਤ ਖੁਸ਼ੀ ਆ ਕਿ ਸਾਨੂੰ ਇਹ ਕੈਂਡੀਡੇਟ ਮਿਲਿਆ ਔਰ ਮੈਨੂੰ ਉਮੀਦ ਹੈ ਕਿ ਮੈਨੂੰ ਵੋਟਾਂ ਪਾ ਕੇ ਸਾਰੇ ਜਣੇ ਜਿਤਾਉਣਗੇ ਔਰ ਮੈਂ ਆਪਣੀ ਜ਼ਿੰਮੇਵਾਰੀ ਫਿਰ ਨਿਭਾਉਂਦਾ ਹੀ ਰਹਾਂਗਾ। ਪਿਛਲੀ ਜਿਹੜੀ ਕੌਂਸਲਰ ਦੀ ਹੋਈ ਹੈ, ਇਲੈਕਸ਼ਨ ਹੋਈ ਸੀਗੀ, ਉਹਦੇ ਵਿੱਚ ਕੌਂਸਲਰ ਬਣੇ ਜਿਹੜੇ, ਉਹਨਾਂ ਦੇ ਵਿੱਚ ਕੀ ਕਿਹੜੀਆਂ ਜਿਹੜੀਆਂ ਕਮੀਆਂ ਰਹਿ ਗਈਆਂ ਨੇ ਤੁਹਾਡੇ ਵਿਕਾਸ ਦੀਆਂ, ਉਹਨਾਂ ਨੂੰ ਉਹ ਕਿਹੜੀਆਂ ਕਿਹੜੀਆਂ ਨੇ ਅਤੇ ਉਹਨਾਂ ਨੂੰ ਕਿਵੇਂ ਦੂਰ ਕਰਨਾ ਤੁਸੀਂ ਜਿਹੜਾ ਉਹ ਕਰੋਗੇ ਉਹਨਾਂ ਨੂੰ? ਵੇਖੋ ਜੀ, ਪਿਛਲੀ ਵਾਰੀ ਸਾਡੇ ਅਵਿਨਾਸ਼ ਜੌਲੀ ਜੀ ਕੌਂਸਲਰ ਸੀ ਔਰ ਆਪਣਾ ਅਕਾਲੀ ਦਲ ਤੋਂ, ਸਾਡੇ ਅਕਾਲੀ ਦਲ ਔਰ ਭਾਜਪਾ ਦਾ ਅਲਾਇੰਸ ਰਿਹਾ ਸ਼ੁਰੂ ਤੋਂ ਵੀ, ਔਰ ਅਸੀਂ ਉਹਨਾਂ ਦੀ ਹਰ ਮਤਲਬ ਮੁਸੀਬਤ ਵਿੱਚ ਕੰਮ ਆਏ ਹਾਂ, ਉਹਨਾਂ ਦੇ ਨਾਲ ਡਟੇ ਹਾਂ। ਇਸ ਵਾਰ ਜੇ ਟਿਕਟ, ਕਿਉਂਕਿ ਟਿਕਟ ਤਾਂ ਬੀਜੇਪੀ ਦੀ ਸੀ ਲੇਕਿਨ ਉਸ ਸਮੇਂ ਕੋਈ ਕੈਂਡੀਡੇਟ ਨਾ ਹੋਣ ਕਰਕੇ ਇਹ ਟਿਕਟ ਅਕਾਲੀ ਦਲ 'ਚ ਗਈ, ਅਸੀਂ ਸਾਰਾ ਜ਼ੋਰ ਲਾ ਕੇ ਆਪਾਂ ਉਹਨਾਂ ਨੂੰ ਜਿਤਾਇਆ। ਲੇਕਿਨ ਇਸ ਵਾਰ ਬੀਜੇਪੀ ਦੀ ਟਿਕਟ ਫਿਰ ਵਾਪਸ ਆਈ ਲੇਕਿਨ ਉਹ ਸਾਡਾ ਕੋਈ ਸਹਿਯੋਗ ਨਹੀਂ ਕਰ ਰਹੇ ਅਤੇ ਉਹ ਆਜ਼ਾਦ ਖੜ੍ਹੇ ਹੋ ਗਏ ਹਨ। ਲੇਕਿਨ ਕੋਈ ਗੱਲ ਨਹੀਂ, ਸਾਨੂੰ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਵਾ, ਇਹ ਤਾਂ ਉਹਨਾਂ ਦੀ ਮਰਜ਼ੀ ਹੈ ਜੀ, ਉਹਨਾਂ ਨੂੰ ਸਮਝ ਹੈ, ਆਪਾਂ ਤਾਂ ਚਲੋ ਲੜੀ ਲਾੜੀ ਰਹੇ ਹਾਂ ਜੀ। ਹਾਂਜੀ, ਟਿਕਟ ਲੈਣ ਵਾਸਤੇ ਹਾਈਕਮਾਨ ਦਾ ਬੜਾ ਸਹਿਯੋਗ ਹੁੰਦਾ ਹੈ, ਹੁਣ ਤੁਹਾਨੂੰ ਇਸ ਜਿਹੜਾ ਟਿਕਟ ਮਿਲ ਗਈ ਹੈ, ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਪਾਰਟੀ ਵੱਲੋਂ ਤੁਹਾਨੂੰ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਹਾਂ ਆਪਣੇ ਸਾਥੀਆਂ ਦਾ ਜਿਨ੍ਹਾਂ ਨੇ ਮੈਨੂੰ ਜ਼ੋਰ ਪਾ ਕੇ ਟਿਕਟ ਦਵਾਈ। ਉਸ ਤੋਂ ਜ਼ਿਆਦਾ ਮੈਂ ਧੰਨਵਾਦ ਹਾਂ ਆਪਣੇ ਹਾਈਕਮਾਂਡ ਦਾ ਜਿਨ੍ਹਾਂ ਨੂੰ ਇੱਕ ਚੰਗਾ ਨੁਮਾਇੰਦਾ ਲੱਗਾ ਅਤੇ ਉਹਨਾਂ ਨੇ ਮੈਨੂੰ ਟਿਕਟ ਦਿੱਤੀ, ਔਰ ਮੈਂ ਉਮੀਦ ਕਰਦਾ ਵਾਂ ਮੈਂ ਕਿ ਉਹਨਾਂ ਦੀਆਂ ਆਸਾਂ 'ਤੇ ਪੂਰਾ ਉਤਰਾਂਗਾ ਔਰ ਉਹਨਾਂ ਟਿਕਟ ਦੀ ਜਿੱਤ ਕੇ ਸੀਟ ਉਹਨਾਂ ਦੀ ਝੋਲੀ ਵਿੱਚ ਪਾਵਾਂਗਾ। ਅਮੂਮਨ ਜਿਹੜਾ ਰਾਜਨੀਤਿਕ ਹੁੰਦਾ ਉਹਦਾ ਬੜਾ ਸਮਾਂ ਜਿਹੜਾ ਬਿਜ਼ੀ ਹੋ ਜਾਂਦਾ, ਤੁਹਾਡੀ ਕਿਸ ਤਰ੍ਹਾਂ ਦੀ ਰੂਟੀਨ ਹੁੰਦੀ ਹੈ ਸਵੇਰੇ ਉੱਠ ਕੇ, ਕਿਸ ਤਰ੍ਹਾਂ ਤੁਸੀਂ ਲੋਕਾਂ ਨਾਲ ਮਿਲਵਰਤਨ ਕਰਦੇ ਹੋ? ਦੇਖੋ ਜੀ, ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਇਲਾਕੇ ਨੂੰ ਵੇਖਣਾ ਹੁੰਦਾ ਵੀ ਕੋਈ ਕਮੀ ਪੇਸ਼ੀ ਹੋਵੇ, ਕਿਉਂਕਿ ਉਹ ਮੈਂ ਖੁਦ ਆਪ ਹੀ ਦੇਖ ਲੈਂਦਾ ਹਾਂ। ਅਗਰ ਮੈਂ ਕਿਸੇ ਵੇਲੇ ਵਜ੍ਹਾ ਕਰਕੇ ਨਹੀਂ ਵੀ ਗਿਆ, ਕੋਈ ਪਰੇਸ਼ਾਨੀ ਹੋਵੇ ਤਾਂ ਲੋਕ ਮੈਨੂੰ ਫੋਨ ਕਰ ਦਿੰਦੇ ਆ, ਮੈਂ ਫੋਨ ਉਸੇ ਵੇਲੇ ਹੀ ਆਪਣੇ SDO ਸਾਹਿਬ ਨੂੰ, JE ਸਾਹਿਬ ਨੂੰ, ਜਿਹਨੂੰ ਵੀ ਕੰਮ ਹੋਵੇ ਫੋਨ ਕਰਕੇ ਮੈਂ ਉਹਨਾਂ ਦੀ ਹਰ ਆਪਣਾ ਪ੍ਰੋਬਲਮ ਸੋਲਵ ਕਰ ਦਿੰਦਾ ਹਾਂ। ਹੁਣ ਜਿਹੜੀ ਆ ਆਪਣੀ ਜਨਤਾ ਨੂੰ, ਜਿਹੜੀ ਆਪਣੀ ਵਾਰਡ ਦੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਸਾਡੇ ਚੈਨਲ ਦੇ ਮਾਧਿਅਮ? ਮੈਂ ਤਾਂ ਉਹਨਾਂ ਨੂੰ ਇਹੋ ਹੀ ਅਪੀਲ ਕਰਨੀ ਚਾਹਾਂਗਾ ਜੀ, ਇਹ ਮੌਕਾ ਮਿਲਿਆ ਇੱਕ ਚੰਗੇ ਨੇਤਾ ਚੁਣਨ ਦਾ, ਜੇ ਇਹ ਖੁੰਝ ਗਿਆ ਤਾਂ ਮੁੜ ਕੇ ਜ਼ਿੰਦਗੀ ਵਿੱਚ ਇਹੋ ਜਿਹਾ ਮੌਕਾ ਨਹੀਂ ਮਿਲਣਾ, ਕਿਉਂਕਿ ਹਰ ਵੇਲੇ ਮੈਂ ਲੋਕਾਂ ਦੀ ਸੇਵਾ 'ਚ ਹਾਜ਼ਰ ਹਾਂ ਔਰ ਇਹੋ ਹੀ ਉਹਨਾਂ ਨੂੰ ਮੈਂ ਕਹਿੰਦਾ ਵਾਂ ਕਿ ਕਿਰਪਾ ਕਰਕੇ ਸਾਰੇ ਇੱਕਜੁੱਟ ਹੋ ਕੇ ਮੈਨੂੰ ਜਿਤਾਉਣ ਅਤੇ ਮੈਂ ਉਹਨਾਂ ਦੀ ਸੇਵਾ ਕਰਦੇ ਰਹਾਂ। ਸੋ ਇਹ ਸਨ ਸਾਡੇ ਨਾਲ BJP ਉਮੀਦਵਾਰ ਵਾਰਡ ਨੰਬਰ 54 ਦੇ, ਜਿਨ੍ਹਾਂ ਨੇ ਆਪਣੀ ਜਿਹੜੀ ਹੈ ਬਰੀਕੀ ਦੇ ਨਾਲ ਸਾਰੀਆਂ ਸਾਡੀਆਂ ਨਾਲ ਗੱਲਾਂ ਸਾਂਝੀਆਂ ਕੀਤੀਆਂ ਨੇ ਅਤੇ ਵਾਰਡ ਦੇ ਵਿੱਚੋਂ ਵਾਰਡ ਦੇ ਲੋਕਾਂ ਦਾ ਉਹਨਾਂ ਨੂੰ ਸਮਰਥਨ ਪ੍ਰੋਪਰ ਮਿਲ ਰਿਹਾ ਇਹ ਉਹਨਾਂ ਦਾ ਕਹਿਣਾ ਹੈ, ਅਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦਾ ਜਿਹੜਾ ਹੈ ਕੋਈ ਵੀ ਜਿਹੜੇ ਉਹਨਾਂ ਦੇ ਨਾਲ ਸਾਹਮਣੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਨਾਲ ਕੋਈ ਵਿਰੋਧੀ ਨਹੀਂ ਹੈ, ਉਹਨਾਂ ਦਾ ਸਾਰੇ ਭਰਾ ਨੇ, ਇਲੈਕਸ਼ਨ ਲੜਨ ਤੋਂ ਬਾਅਦ ਉਹ ਇੱਕ ਸਾਥ ਹੋਣਗੇ ਸਾਰੇ, ਜਿੱਤ ਹਾਰ ਬਣੀ ਆ, ਜਿਸ ਵੀ ਸ਼ਖਸ ਨੂੰ ਜਿਹੜੀ ਹੈ ਜਨਤਾ ਜਿਹੜਾ ਸਮਰਥਨ ਦਿੰਦੀ ਆ ਉਹਨੂੰ ਉਹ ਕਬੂਲ ਕਰਨਾ ਚਾਹੀਦਾ ਹੈ ਪਰਮਾਤਮਾ ਦੀ ਦੇਣ ਸਮਝ ਕੇ। ਸੋ ਸਾਡੇ ਨਾਲ ਜਿਹੜੇ ਉਮੀਦਵਾਰ ਬਣੇ ਸੀਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਖਬਰ ਹਰਪਲ ਇੰਡੀਆ ਦੇ ਵਿੱਚ ਆਉਣ ਦਾ ਲਈ। ਕੈਮਰਾ ਪਰਸਨ ਮੁਕੇਸ਼ ਦੇ ਨਾਲ ਬਿਕਰਮ ਗਿੱਲ, ਖਬਰ ਹਰਪਲ ਇੰਡੀਆ, ਅੰਮ੍ਰਿਤਸਰ। ਨਗਰ ਨਿਗਮ ਚੋਣ 2017, ਕੌਣ ਬਣੂਗਾ ਤੁਹਾਡੀ ਪਸੰਦ? ਵਾਰਡ ਦੀ ਜੰਗ।